ਗੁਰੂ ਜੀ ਕੀ ਫਤਿਹ। ਵਡਭਾਗੀ ਹਾਂ, ਤਰਸ ਕੀਤਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ। ਉਪਕਾਰ ਸਿੰਘ ਵੀਰ ਜੀ ਸਹੀ ਕਹਿ ਰਹੇ ਨੇ, ਮੌਸਮ ਕੁਝ ਖਰਾਬ ਚੱਲ ਰਿਹਾ, ਇਹਨਾਂ ਦੀ ਤਬੀਅਤ ਅੱਜ ਖਰਾਬ ਸੀ ਅਤੇ ਦੋ ਦਿਨ ਪਹਿਲਾਂ ਦਾਸ ਨੂੰ ਵੀ ਇਸ ਤਰ੍ਹਾਂ ਹੀ ਸੀਗਾ। ਦੋ ਚੀਜ਼ਾਂ ਮਨ ਕਰਦਾ ਸੀ ਮੈਂ, ਇੱਕ ਖੰਨਾ ਸਾਹਿਬ ਨੂੰ ਮੈਂ ਮਨ੍ਹਾ ਕਰ ਦਿੰਦਾ ਕਿ ਸੇਵਾ ਕਿਸੇ ਹੋਰ ਦੀ ਲਾ ਦਿਓ, ਪਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਮਿਹਰ ਕਿਰਪਾ ਸਦਕਾ ਆਪ ਸੇਵਾ ਸਤਿਗੁਰੂ ਲੈ ਰਹੇ ਨੇ। ਅਤੇ ਆਓ, ਨਾ ਬਹੁਤਾ ਗਾਉਣਾ ਆਉਂਦਾ ਨਾ ਵਜਾਉਣਾ ਆਉਂਦਾ, ਪਰ ਸਤਿਗੁਰੂ ਸੱਚੇ ਪਾਤਸ਼ਾਹ ਸੇਵਾ ਲੈਣ ਬਸ। ਅਤੇ ਆਪਾਂ ਸਾਰੇ ਰਲ ਮਿਲ ਕੇ ਅਰਦਾਸ ਬੇਨਤੀ ਜੋਦੜੀ ਕਰਨੀ ਹੈ। ਜਦੋਂ ਖੰਨਾ ਜੀ ਨੇ ਮੈਨੂੰ ਉਹ ਪੈਂਪਲੇਟ ਭੇਜਿਆ, ਉਹਦੇ ਉੱਪਰ ਲਿਖਿਆ ਸੀਗਾ ਕਿ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਅੱਜ ਦੇ ਸਮਾਗਮ ਹੋ ਰਹੇ ਨੇ। ਪਰ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਦਾ ਕਿ ਪਰਿਵਾਰ ਦੀ ਖੁਸ਼ੀ ਵੀ ਅੱਜ ਵਿੱਚ ਸ਼ਰੀਕ ਹੈ। ਸਾਡੇ ਸਤਿਕਾਰਯੋਗ ਭੈਣ ਜੀ ਖੰਨਾ ਜੀ ਦੇ ਘਰੋਂ ਉਹਨਾਂ ਦਾ ਜਨਮ ਦਿਨ ਹੈ, ਸੁਣਨ 'ਚ ਆਇਆ ਸੀ ਮੈਨੂੰ ਹੁਣੇ ਹੀ। ਬਸ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਵਧਾਈਆਂ ਬਹੁਤ ਬਹੁਤ। ਗੁਰੂ ਨਾਨਕ ਉਹਨਾਂ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਬਖਸ਼ੇ, ਦੇਰ ਔਕਤਾ ਬਖਸ਼ੇ, ਕਿਉਂਕਿ ਇਹ ਜਿਹੜੀ ਸੇਵਾ ਕਰਦੇ ਨੇ ਨਾ, ਉਹ ਉਹਨਾਂ ਦੇ ਚਰਨਾਂ 'ਚ ਨਮਸਕਾਰ ਹੈ। ਕਿਉਂਕਿ ਸਵੇਰੇ ਤੋਂ ਹੀ ਇਹ ਸਾਰੀਆਂ ਸੇਵਾਵਾਂ ਸੰਭਾਲਦੇ ਨੇ, ਘਰ ਦੀ ਸਫਾਈ ਕਰਨੀ, ਵਿਛਾਈ ਕਰਨੀ, ਉਸ ਤੋਂ ਬਾਅਦ ਲੰਗਰ ਤਿਆਰ ਕਰਨਾ। ਇਕੱਲੇ ਦੇ ਬਸ ਦਾ ਨਹੀਂ, ਪਰ ਗੁਰੂ ਨਾਨਕ ਦੀ ਕਿਰਪਾ ਹੈ ਪੂਰੇ ਪਰਿਵਾਰ 'ਤੇ ਸੇਵਾਵਾਂ ਸਾਰੀ ਸੰਭਾਲਦੇ ਨੇ। ਅਤੇ ਆਓ ਸਾਰੇ ਰਲ ਮਿਲ ਕੇ ਉਸ ਤਦ ਵੀ ਜੁੜਨਾ ਕਰੀਏ। ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹਾਂ ਅੱਜ ਦੇ ਸਮਾਗਮ। ਗੁਰੂ ਕਿਰਪਾ ਕਰੇ ਜਿੰਨਾ ਕੁ ਸੇਵਾ ਸਤਿਗੁਰ ਸੱਚੇ ਪਾਤਸ਼ਾਹ ਲੈਣ। ਆਓ ਰਲ ਕੇ ਅਰਦਾਸ ਬੇਨਤੀ ਜੋਦੜੀ ਕਰੀਏ ਜੀ। ਸ਼੍ਰੀ ਵਾਹੇ ਗੁਰੂ ਜੀ, ਵਾਹੇ ਗੁਰੂ, ਤੇਰੇ ਕਵਲ ਕਵਲ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ, ਤੂੰ ਠਾਕੁਰ ਊਚ ਭਗਵਾਨਾ। ਤੇ ਆਓ ਅਰਦਾਸ ਕਰੀਏ। ਇੱਕ ਅੱਲਾਹ ਦਾ ਬੰਦਗੀ ਕਰਨ ਵਾਲਾ ਇੱਕ ਮੁਸਲਮਾਨ ਫਕੀਰ ਸੈਯਦ ਜਾਨੀ, ਜੋ ਮੰਗ ਉਹਨੇ ਮੰਗੀ, ਅਸੀਂ ਵੀ ਅੱਜ ਉਹੀ ਮੰਗ ਮੰਗੀਏ। ਗੁਰੂ ਕਿਰਪਾ ਕਰੇ ਘੱਟ ਸਮੇਂ ਵਿੱਚ ਕਥਾ ਵੀ ਪੂਰੀ ਕਰਾਂਗੇ ਅਤੇ ਸ਼ਬਦ ਵੀ ਸਤਿਗੁਰ ਸੱਚੇ ਪਾਤਸ਼ਾਹ ਸੇਵਾ ਲੈਣ। ਅਤੇ ਕੋਈ ਰਸਨਾ ਵਾਂਝੀ ਨਾ ਰਵੇ, ਜਿਨ੍ਹਾਂ ਨੂੰ ਬਾਣੀ ਆਉਂਦੀ ਹੈ ਸਾਰੇ ਰਲ ਕੇ ਅਰਦਾਸ ਕਰੀਏ ਜੀ। ਕਬ ਗਲ ਲਾਵੇਂਗੇ ਪ੍ਰਭ ਮੋਹੇ, ਕਬ ਗਲ ਲਾਵੇਂਗੇ, ਕਬ ਗਲ ਸਾਰੇ ਜਪੋ ਗੇ ਪ੍ਰਭ ਮੋਹੇ, ਕਬ ਗਲ। ਆਵਾਜ਼ ਨਹੀਂ ਸੰਗਤ ਦੀ, ਅਰਦਾਸ ਕਰਨੀ ਆ ਆਪਾਂ ਨੇ। ਸੱਚ ਜਾਣਿਓ ਜਦੋਂ ਹਿਰਦੇ ਵਿੱਚੋਂ ਅਰਦਾਸ ਨਿਕਲੇਗੀ ਤਾਂ ਸੱਚੇ ਪਾਤਸ਼ਾਹ ਨੇ ਆਪ ਦਰਸ਼ਨ ਬਖਸ਼ਣੇ ਨੇ, ਸਾਡੇ ਵਿੱਚ ਹੀ ਬੈਠੇ ਨੇ, ਬਸ ਦਿਸਣਗੇ ਉਹਨੂੰ ਜਿਹੜਾ ਅਰਦਾਸ ਜਿਲੋ ਕਰੇਗਾ। ਕਬ ਗਲ ਲਾਵੇਂਗੇ ਪ੍ਰਭ ਮੋਹੇ, ਕਬ ਗਲ ਲਾਵੇਂਗੇ, ਕਬ ਗਲ ਕਬ ਗਲ ਲਾਵੇਂਗੇ ਪ੍ਰਭ ਮੋਹੇ, ਕਬ ਗਲ ਲਾਵੇਂਗੇ, ਕਬ ਗਲ ਲਾਵੇਂਗੇ ਪ੍ਰਭ ਮੋਹੇ, ਕਬ ਗਲ ਲਾਵੇਂਗੇ। ਹਾਂ ਤੁਮਰੀ ਆਸ, ਹਾਂ ਤੁਮਰੀ ਕਰੋ ਨਿਤਿਆਸ,
गल लावेंगे प्रभु मोहे कब गल लावेंगे बंदगी करने वाला बंदा ना ओदा सैयद जानी
ਬੰਦਗੀ ਕਰਦੇ ਕਰਦੇ ਉਹਦੇ ਮਨ 'ਚ ਇੱਕ ਫੁਰਲਾ ਬਣਿਆ ਕਿ ਮੈਂ ਜਿਸ ਅੱਲਾਹ ਦੀ ਬੰਦਗੀ ਕਰਦਾ ਉਹ ਦਿਖਣ 'ਚ ਕਿੱਦਾਂ ਦਾ ਹੈ, ਉਹ ਦਿਖਦਾ ਕਿਵੇਂ ਦਾ ਹੈ, ਮੈਂ ਚਾਹੁੰਦਾ ਉਹਦੇ ਦਰਸ਼ਨ ਕਰਨ। ਭਾਲ ਵਿੱਚ ਤੁਰ ਪਿਆ, ਪਤਾ ਲੱਗਾ ਕਿ ਗੁਰੂ ਨਾਨਕ ਦੀ ਜੋਤ, ਗੁਰੂ ਨਾਨਕ ਦੀ ਗੱਦੀ 'ਤੇ ਬੈਠੇ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਜਿਹੜੇ ਮੈਨੂੰ ਅੱਲਾਹ ਦੇ ਦਰਸ਼ਨ ਕਰਾ ਸਕਦੇ ਨੇ। ਫਿਰ ਪਹੁੰਚ ਗਿਆ, ਜਦੋਂ ਪਹੁੰਚਿਆ ਸਿਪਾਹੀਆਂ ਨੇ, ਸੇਵਾਦਾਰ ਨੇ ਪੁੱਛਿਆ ਕੀ ਚਾਹੁੰਦਾ, ਕਹਿੰਦਾ ਮੈਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਮਿਲਣਾ ਚਾਹੁੰਦਾ। ਅਤੇ ਸੇਵਾਦਾਰ ਅੰਦਰ ਲੈ ਗਏ, ਗੁਰੂ ਪਿਤਾ ਦੇ ਸਾਹਮਣੇ ਖੜਾ ਹੋ ਗਿਆ ਉਹ ਮੁਰੀਦ, ਸੈਯਦ ਜਾਨੀ ਦੀ ਮੰਗਾਂ ਮੰਗਦਾ ਜੀ ਜਾ ਕੇ, ਕਹਿੰਦੇ ਤੁਸੀਂ ਗੁਰੂ ਨਾਨਕ ਦੇ ਘਰ ਦੀ ਜੋਤ, ਮੈਨੂੰ ਪਤਾ ਲੱਗਾ ਕਿ ਤੁਸੀਂ ਮੈਨੂੰ ਜਿਸ ਅੱਲਾਹ ਦੀ ਮੈਂ ਬੰਦਗੀ ਕਰਦਾ ਮੈਨੂੰ ਇਹ ਦਰਸ਼ਨ ਮੈਂ ਕਰਨਾ ਚਾਹੁੰਦਾ ਵਾ, ਤੁਸੀਂ ਕਰਾ ਸਕਦੇ ਹੋ। ਅਤੇ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਹਿਣ ਲੱਗੇ ਤੂੰ ਅੱਲਾਹ ਦੇ ਦਰਸ਼ਨ ਕਰਨਾ ਚਾਹੁੰਦਾ, ਕਹਿੰਦਾ ਹਾਂਜੀ। ਹੋਰ ਕੀ ਚਾਹੁੰਦਾ, ਅਤੇ ਉਹਦੀਆਂ ਮੰਗਾਂ ਦੇਖੋ। ਸੈਯਦ ਜਾਨੀ ਕਹਿਣ ਲੱਗਿਆ ਮੇਰੀਆਂ ਮੰਗਾਂ ਨੇ ਗੁਰੂ ਪਿਤਾ ਜੀ, ਇੱਕ ਤਾਂ ਮੈਂ ਅੱਲਾਹ ਦਾ ਨੂਰ ਵੇਖਣਾ ਚਾਹੁੰਦਾ, ਮਨ ਸਹਿਜ ਅਵਸਥਾ ਵਿੱਚ ਆ ਜਾਵੇ ਅਤੇ ਗਿਆਨ ਦਾ ਪ੍ਰਕਾਸ਼ ਹੋ ਜਾਵੇ। ਗੱਜ ਕੇ ਆਖੋ ਸਤਨਾਮ ਸ਼੍ਰੀ। ਅਤੇ ਜਦੋਂ ਇਹ ਤਿੰਨ ਮੰਗਾਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮੰਗੀਆਂ ਅਤੇ ਗੁਰੂ ਸਾਹਿਬ ਨੇ ਸਿਪਾਹੀਆਂ ਨੂੰ ਬੋਲਿਆ ਕਿ ਇਹਨੂੰ ਧੱਕੇ ਦੇ ਕੇ ਬਾਹਰ ਕੱਢ ਦਿਓ। ਬੜੇ ਕ੍ਰੋਧ ਵਿੱਚ ਬੋਲੇ ਹਰਗੋਬਿੰਦ ਸੱਚੇ ਪਾਤਸ਼ਾਹ, ਧੱਕੇ ਦੇ ਕੇ ਬਾਹਰ ਕੱਢੋ ਇਹਨੂੰ। ਅਤੇ ਸੇਵਾਦਾਰ ਨੇ ਗੁਰੂ ਸਾਹਿਬ ਦਾ ਰੂਪ ਵੇਖਿਆ ਅਤੇ ਬੜੇ ਹੈਰਾਨ ਹੋਏ, ਬੋਲੇ ਕੁਛ ਨਾ ਸੇਵਾਦਾਰ। ਅਤੇ ਸੈਯਦ ਜਾਨੀ ਨੂੰ ਨਾ ਦਰਬਾਰ ਤੋਂ ਬਾਹਰ ਕੱਢਦਾ ਧੱਕੇ ਦੇ ਕੇ, ਅਤੇ ਉਹ ਦਰਬਾਰ ਦੇ ਬਾਹਰ ਜਿਹੜਾ ਮੇਨ ਗੇਟ ਹੈ ਉੱਥੇ ਬਹਿ ਗਿਆ ਜਾ ਕੇ, ਉੱਥੇ ਬਹਿ ਕੇ ਫਿਰ ਅੱਲਾਹ ਦੀ ਬੰਦਗੀ ਵੀ ਜੁੜ ਗਿਆ ਔਰ ਇੱਕੋ ਅਰਦਾਸ ਕਰਦਾ, ਹਾਂ ਤੁਮਰੀ ਕਰੋ ਨਿਤ ਆਸ, ਹਾਂ ਤੁਮਰੀ ਕਰੋ ਨਿਤ ਆਸ। ਕਬ ਗਲ ਲਾਵੇ ਗੇ, ਕਬ ਗਲ ਲਾਵੇ ਗੇ। ਬਸ ਇਹੀ ਅਰਦਾਸਾਂ ਕਰਦਾ ਬਾਰ ਬਾਰ ਕਿ ਕਬ ਗਲ ਲਾਵੇਂਗੇ ਪ੍ਰਭ ਮੋਹੇ। ਤੇ ਸਤਿਗੁਰਾਂ ਨੇ ਫਿਰ ਪੁੱਛਿਆ ਸੇਵਾਦਾਰ ਨੂੰ, ਗਿਆ ਚਲਿਆ ਗਿਆ ਉਹ ਫਕੀਰ ਨਹੀਂ, ਕਹਿੰਦਾ ਜੀ ਗੇਟ ਤੇ ਬੈਠਾ। ਫਿਰ ਸਤਿਗੁਰੂ ਨੇ ਪੁੱਛਿਆ ਕੀ ਚਾਹੁੰਦਾ ਜੀ, ਇੱਕੋ ਮੰਗ ਹੈ ਉਹਦੀ ਕਿ ਅੱਲਾਹ ਦਾ ਨੂਰ ਵੇਖਣਾ ਚਾਹੁੰਦਾ, ਗਿਆਨ ਦਾ ਪ੍ਰਕਾਸ਼ ਹੋ ਜਾਵੇ, ਮਨ ਸਹਿਜ ਅਵਸਥਾ ਵਿੱਚ ਆ ਜਾਵੇ। ਜਦੋਂ ਅਗਲੇ ਦਿਨ ਨਹੀਂ ਗਿਆ, ਬੈਠਿਆ ਉੱਥੇ ਹੀ ਅੱਲਾਹ ਦੀ ਬੰਦਗੀ ਵੀ ਜੁੜਿਆ, ਸਤਿਗੁਰੂ ਉੱਥੋਂ ਲੰਘੇ ਉੱਥੇ ਗਏ ਉੱਥੋਂ, ਉਹਦੀ ਇੱਕੋ ਇੱਕ ਮੰਗ ਸੀ ਬਸ। ਸਤਿਗੁਰਾਂ ਨੇ ਕੀ ਕੀਤਾ, ਸੇਵਾਦਾਰਾਂ ਨੂੰ ਕਿਹਾ ਇਹਦੇ ਅੱਗੇ ਨਾ ਦੀਵਾਰ ਖੜੀ ਕਰ ਦਿਓ, ਦੀਵਾਰ। ਹੁਣ ਉਹਦੇ ਅੱਗੇ ਦੀਵਾਰ ਖੜੀ ਕਰਤੀ। ਤੀਸਰਾ ਦਿਨ ਹੋਇਆ, ਫਿਰ ਸੇਵਾਦਾਰਾਂ ਨੂੰ ਭੇਜਿਆ, ਕਹਿ ਲਗੇ ਜਾ ਕੇ ਵੇਖੋ ਗਿਆ ਜਾਂ ਨਹੀਂ ਗਿਆ। ਸੇਵਾਦਾਰ ਗਏ, ਜਾ ਕੇ ਵੇਖਿਆ, ਉੱਥੇ ਹੀ ਬੈਠਾ, ਉਹਦੀ ਫਿਰ ਉਹੀ ਮੰਗ ਹੈ, ਹਾਂ ਤੁਮਰੀ ਕਰੋ ਨਿਤ ਆਸ, ਪ੍ਰਭ ਮੋਹੇ ਕਬ ਗਲ ਲਾਵੇ। ਫਿਰ ਉਹਦੇ ਮਨ 'ਚ ਇਹ ਆਸ ਸੀ ਚਲੋ ਦੀਵਾਰ ਉਸਾਰਤੀ, ਕੋਈ ਗੱਲ ਨਹੀਂ, ਦੀਵਾਰ ਦੇ ਪਿਛਲੇ ਪਾਸੇ ਜਦੋਂ ਸਤਿਗੁਰ ਘੋੜੇ 'ਤੇ ਲੰਘਿਆ ਕਰਨਗੇ, ਕਦੀ ਤੇ ਨਜ਼ਰ ਪਏਗੀ ਮੇਰੇ ਉੱਤੇ, ਕਦੀ ਤੇ ਤਰਸ ਕਰਨਗੇ ਮੇਰੇ ਉੱਤੇ। ਚੌਥਾ ਦਿਨ ਆਇਆ, ਪੰਜਵਾਂ ਦਿਨ ਆਇਆ, ਉੱਥੇ ਹੀ ਬੈਠਾ ਉਹੀ ਅਰਦਾਸਾਂ ਕਰਦਾ। ਫਿਰ ਸਤਿਗੁਰਾਂ ਨੇ ਸੇਵਾਦਾਰ ਨੂੰ ਭੇਜਿਆ, ਜਾ ਕੇ ਵੇਖੋ ਹੈ ਉੱਥੇ ਜਾਂ ਚਲਿਆ ਗਿਆ। ਤੇ ਸੇਵਾਦਾਰ ਕਹਿਣ ਲੱਗੇ, ਸਤਿਗੁਰੂ ਜੀ ਅਜੇ ਵੀ ਉੱਥੇ ਹੀ ਬੈਠਾ, ਉਹਦੀ ਇੱਕੋ ਮੰਗ ਹੈ
कि अल्लाह का नूर वेखना चाहता है, मन सहज अवस्था में आ जाए तो ज्ञान का प्रकाश हो जाए। तो सतगुरु ने फिर कहा जाओ उस अल्लाह के बंदे नूं सामने लेके आओ। फिर सैयद जानी जदों पता लग गया कि गुरु साहब ने सद्या, बड़ा खुश होया, जान तो जान पै गई उहदे। सतगुरु के सामने गया की चाहुंदा है तू? सैयद जानी की इको मंग कहते, जानी को जानी से मिला दो। गज के आको सतनाम श्री वाहेगुरु। कहिंदा जानी को जानी से मिला दियो। ते सतगुरु कहण लगे तू चाहुंदा है अल्लाह दे दर्शन करने, मन सहज अवस्था विच आ जावे, ज्ञान का प्रकाश हो जावे। कहिंदा हाँ जी मैं चाहुंदा। ते सतगुरु कहण लगे वो सामने नदी वह रही है, छाल मार दे जाके। संगत जी मिंट नहीं लाया, जान च जान पै गई। उन्होंने पता लग्या शायद मैं छाल मारांगा मैनू दर्शन हो जाणगे। वो नदी वाले दौड़िया भजिया, तो पिछों सेवादार उन्होंने विधि चंद नूं भेजिया। सतगुरुआं ने कहा कि जिदा ही छाल मारन वाला होएगा ना, फड़ लेना, बाहों फड़ के बाहर कढ़ लेना। आ देखिया ना, तां देखिया नदी छाल मारती। जिते ही छाल मारी सेवादार ने अगे होके भज के फड़िया, फिर लिया गुरु सामने। गुरु साहब के सामने लिया के कहन लगे, गुरु साहब कहते सैयद जानी नूं की चाहुंदा है? हुण आवाज नहीं निकलती, माड़ा माड़ा बोलदा। कहिंदा जी मेरी तो एक ही मंग है, अल्लाह के दर्शन हो जाण, ज्ञान का प्रकाश हो जाए, तो मन सहज अवस्था में आ जाए। तो सतगुरुआं ने फिर कहा सैयद जानी मेरी अखा च अखा पा के वेख। ते जिद्दां ही सैयद जानी ने अखा च अखा पा के वेख्या, ते धन गुरु हरगोबिंद सच्चे पातशाह मीरी पीरी दे मालक ने दोनों हाथ चके, मीरी दे पीरी दे उहदे सिर ते रखते। जिद्दां ही हाथ उहदे सिर ते रखिया, उहनूं ज्ञान का भी प्रकाश हो गया, मन सहज अवस्था विच भी आ गया, ते अल्लाह दे दर्शन हरगोबिंद सच्चे पातशाह हो गए उहनूं। गद सतु श्री अकाल। ते दर्शन हो गए, मन सहज अवस्था विच आ गए। आओ असी भी उही मंगा मंगीए, कोई रसना वांझी ना रवे। हाओ तुमरी करो नित आस, हाओ तुमरी करो नित आस, भगत तिना हर पावेंगे। ज्योति ज्योत मिलाए, ज्योत रल जावेंगे, जो हर आपे होए कृपाल, आप लिव लावेंगे, जन नानक शरण द्वार, हर लाज रखावेंगे। तन गुर हर गोबिंद साहिब जी, तन गुर हर गोबिंद साहिब जी, तन गुर हर गोबिंद साहिब जी, तन गुर हर गोबिंद साहिब जी। हर जन काया पलट के मूरत हर गोबिंद सवारी, हर जन अर्जन काया पलट के मूरत हर गोबिंद सवारी, अर्जन काया पलट के मूरत हर गोबिंद सवारी।
हर जन काया पलट के मूरत हर गोविंद सवारी जोदा बहु पर उपकारी पुछण सिख अरदास कर छे महला तक दर्शन हारे अग में गोचर सतगुर बोले मुख ते सुनो संसारी कल युग पीढ़ी सोडिया नह चल नीव उसार खलारी जोग जोग सत गुर तरे अवतारी जोग सत गुर तरे अवतारी जोग जोग सत गुर तरे अवतारी सारी संगत जन का आया पलट के मूरत हर गोविंद सवारी जन का आया पलट के मूरत हर गोविंद सवारी आओ बिना साजद पंक्ति फड़ के उस वक्त समाप्ति है साढ़े भी अति सत्कार योग भाई साहब भाई परमजीत सिंह जी खालसा रजौरी गार्डन वाले पहुँच चुके ने उन्होंने सारिया संगतों निहाल करना है तो आओ पंक्तियाँ बिना साजा तो पढ़ के फिर आप समाप्ति करांगे अर्जन काया पलट के मूरत हर गोविंद सवारी अर्जन काया सारी संगत पलट के गोविंद सवारी मूरत हर गोविंद सवारी मूरत हर गोविंद सवारी
सवारी मूरत हर गोबिंद सवारी हर जन काया पलट के मूरत हर गोबिंद सवारी हर जन हर गोबिंद सवारी। शुकराना गुरु ग्रंथ साहब का, शुकराना धन गुरु तेग बहादुर साहब का, जिन्हों की मेहर सदका सारे समागम होंगे ने। मेरी हाथ जोड़ के बेनती है सारिया संगतां नूं अपने ग्रह विखे रहिणा साहब की बाणी नूं उच्चा उच्चा पढ़िया करो, अपने परिवार के भले वास्ते जिहड़े बीमार बुजुर्ग बीमार पए ने घरां च हस्पतालां सब की देह रोकता वास्ते अरदास करिया करो जी। सारे आखो जी वाहेगुरु जी का खालसा वाहेगुरु जी की।